સુપ્રીમ કોર્ટ ਨੇ NEET UG પરીક્ષા ਨਾਲ ਸੰਬੰધિત petitionਾਂ ਦੀ સુનાવણી શરૂ ਕਰ ਦਿੱਤੀ ਹੈ। ਇਨ੍ਹਾਂ ਵਿੱਚ પરીક્ષા ਦੀਆਂ بے ਨિયਮੀਆਂ, ਗਲਤ ਵਿਹਾਰ ਦੇ ਦੋਸ਼ ਅਤੇ નવી સિਰੇ ਤੋਂ પરીક્ષા ਕਰਵਾਉਣ ਸੰਬੰਧੀ petitionਾਂ ਸ਼ਾਮਲ ਨੇ। petitionਾਂ ਦੀ ਨੁਮਾਇੰਦਗੀ ਕਰਨ ਵਾਲੇ ਵਕੀਲਾਂ ਨੇ દલીਲ ਦਿੱਤੀ ਕਿ ਪੇਪਰ ਲੀਕ, OMR ਸ਼ੀਟ ਵਿੱਚ ਛੇੜਾਫੇਰੀ, ਨਕਲ ਅਤੇ ਧੋਖਾਧੜੀ ਦੇ ਆਧਾਰਾਂ 'ਤੇ ਪ੍ਰੀਖਿਆ ਨੂੰ ਰੱਦ ਕੀਤਾ ਜਾਣਾ ਚਾਹੀਦਾ ਹੈ। ਚੀਫ ਜਸਟਿਸ DY ਚੰਦ ਚੂੜੀ ਦੀ ਅਗਵਾਈ ਵਾਲੇ ਬੈਂਚ ਨੇ ਕਿਹਾ ਕਿ ਪ੍ਰੀਖਿਆ ਨੂੰ ਰੱਦ ਕਰਨਾ ਸਮੱਸਿਆ ਦਾ ਆਖਰੀ ਹੱਲ ਹੋ ਸਕਦਾ ਹੈ। ਬੈਂਚ ਨੇ ਕਿਹਾ ਕਿ ਦੁਬਾਰਾ ਪ੍ਰੀਖਿਆ ਕਰਵਾਉਣ ਦੇ ਹੁਕਮ ਦੇਣ ਤੋਂ ਪਹਿਲਾਂ ਪੇਪਰ ਲੀਕ ਦੀ ਮਾਤਰਾ ਨੂੰ ਜਾਣਨ ਦੀ ਲੋੜ ਹੈ ਸੁਪਰੀਮ ਕੋਰਟ ਵਿੱਚ ਦਾਇਰ ਹਲਫਨਾਮੇ ਵਿੱਚ ਕੇਂਦਰ ਅਤੇ ਨੈਸ਼ਨਲ ਟੈਸਟਿੰਗ ਏਜੰਸੀ ਨੇ ਬੇਨਿਆਮੀਆ ਸੰਬੰਧੀ ਸਬੂਤਾਂ ਦੀ ਅਣਹੋਦ ਕਾਰਨ ਦੁਬਾਰਾ ਪ੍ਰੀਖਿਆ ਨਾ ਕਰਵਾਉਣ ਦੀ ਗੱਲ ਆਖੀਏ ਇਹ ਵੀ ਦਲੀਲ ਦਿੱਤੀ ਗਈ ਹੈ ਕਿ ਦੁਬਾਰਾ ਪ੍ਰੀਖਿਆ ਲੱਖਾਂ ਸਹੀ ਉਮੀਦਵਾਰਾਂ ਤੇ ਬੁਰਾ ਅਸਰ ਪਾ ਸਕਦੀ ਹੈ ਬੈਂਚ ਵੱਲੋਂ ਇੱਕੋ ਸਮੇਂ ਕੁਲ 38 ਪਟੀਸ਼ਨਾਂ ਤੇ ਸੁਣਵਾਈ ਕੀਤੀ ਜਾ ਰਹੀ ਹੈ